ਕੋਰੋਨਾ ਵਾਇਰਸ ਦੇ ਚਲਦਿਆਂ ਪੰਜਾਬ ਸਰਕਾਰ ਦੇ ਵੱਲੋਂ ਜ਼ਰੂਰਤਮੰਦ ਲੋਕਾਂ ਤੱਕ ਰਾਸ਼ਨ ਪਹੁੰਚਾਇਆ ਜਾ ਰਿਹਾ। ਗੌਰਤਲਬ ਹੈ ਕਿ ਕੈਪਟਨ ਸਰਕਾਰ ਦੇ ਵੱਲੋਂ ਜਿਨ੍ਹਾਂ ਥੈਲਿਆਂ ਦੇ ਵਿੱਚ ਰਾਸ਼ਨ ਲੋਕਾਂ ਤੱਕ ਮੁਹੱਈਆ ਕਰਵਾਇਆ ਜਾ ਰਿਹਾ ਤੇ ਜਿਹੜੇ ਸੈਨੇਟਾਈਜ਼ਰ ਵੰਡੇ ਜਾ ਰਹੇ ਨੇ ਉਸ ਤੇ ਕੈਪਟਨ ਅਮਰਿੰਦਰ ਸਿੰਘ ਦੀ ਫੋਟੋ ਲੱਗੀ ਹੋਈ ਹੈ, ਜਿਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਹੁਣ ਇਤਰਾਜ਼ ਜਤਾਇਆ ਗਿਆ। ਜਿਸ ਬਾਰੇ ਬੋਲਦਿਆਂ ਅਕਾਲੀ ਦਲ ਦੇ ਸੀਨੀਅਰ ਨੇਤਾ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕੋਰੋਨਾ ਦੇ ਸੰਕਟ ਦੇ ਦੌਰਾਨ ਪੰਜਾਬ ਸਰਕਾਰ ਨੂੰ ਸਿਆਸਤ ਛੱਡ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ। ਪਿਛਲੇ ਕਾਫੀ ਦਿਨਾਂ ਤੋਂ ਕੋਰੋਨਾ ਵਾਇਰਸ ਕਰਕੇ ਬੜਾ ਗੰਭੀਰ ਸੰਕਟ ਚੱਲ ਰਿਹਾ, ਪਰ ਸਾਡੀ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਇਸ ਵੇਲੇ ਸੰਕਟ ਦੀ ਘੜੀ ਦੇ ਵਿੱਚ ਸਰਕਾਰ ਦਾ ਸਹਿਯੋਗ ਕੀਤਾ ਜਾਵੇ, ਕਿਸੇ ਵੀ ਗੱਲ ਦੇ ਉੱਤੇ ਸਿਆਸੀ ਸਟੇਟਮੈਂਟ ਨਾ ਦਿੱਤੀ ਜਾਵੇ। ਪਰ ਅਫਸੋਸ ਦੇ ਨਾਲ ਮੈਨੂੰ ਇਹ ਗੱਲ ਕਹਿਣੀ ਪੈ ਰਹੀ ਹੈ ਕਿ ਜਿਸ ਤਰੀਕੇ ਸਰਕਾਰ ਨੇ ਰਾਹਤ ਵੰਡਣ ਦਾ ਕੰਮ ਸ਼ੁਰੂ ਕੀਤਾ ਔਰ ਜਿਸ ਤਰੀਕੇ ਉਹਦੇ ਵਿੱਚ ਰਾਜਨੀਤੀ ਦਿਖਾਈ ਦੇਣ ਲੱਗੀ ਹੈ, ਇਹ ਬਹੁਤ ਹੀ ਮੰਦਭਾਗੀ। ਪਹਿਲਾਂ ਤਾਂ ਥੈਲੀਆਂ ਬਣਾਈਆਂ ਗਈਆਂ, ਮੁੱਖ ਮੰਤਰੀ ਸਾਹਿਬ ਦੀ ਫੋਟੋ ਛਾਪੀ ਗਈ, ਇੱਕ ਸੈਨੇਟਾਈਜ਼ਰ ਦੀ ਸ਼ੀਸ਼ੀ ਬਣੀ ਹੈ ਉਹਦੇ 'ਤੇ ਮੁੱਖ ਮੰਤਰੀ ਸਾਹਿਬ ਦੀ ਫੋਟੋ ਛਾਪੀ ਗਈ। ਅੱਗੇ ਪਿੱਛੇ ਬਹੁਤ ਸਮਾਂ ਹੁੰਦਾ ਸਕੀਮਾਂ ਦੇ ਵਿੱਚ ਮੁੱਖ ਮੰਤਰੀ ਸਾਹਿਬ ਦੀ ਫੋਟੋ ਛਪਣ ਦਾ, ਛਪੇ ਸਾਨੂੰ ਕੋਈ ਇਤਰਾਜ਼ ਨਹੀਂ ਹੈ, ਪਰ ਇਸ ਮੁਸੀਬਤ ਦੇ ਵਿੱਚ ਤੁਸੀਂ ਥੋੜ੍ਹਾ ਜਿਹਾ ਆਟਾ ਕਿਸੇ ਕੋਲ ਭੇਜਣਾ ਔਰ ਪਹਿਲਾਂ ਤੁਸੀਂ ਟਾਈਮ ਵੇਸਟ ਕਰ ਰਹੇ ਹੋ ਫੋਟੋ ਵਾਲੀਆਂ ਥੈਲੀਆਂ ਛਪਾਉਣ 'ਤੇ, ਤੁਸੀਂ ਸੈਨੇਟਾਈਜ਼ਰ ਲੋਕਾਂ ਕੋਲ ਭੇਜਣਾ, ਪਹਿਲਾਂ ਟਾਈਮ ਵੇਸਟ ਕਰ ਰਹੇ ਹੋ ਫੋਟੋਆਂ ਛਪਾ ਕੇ ਉਹਦੇ ਉੱਤੇ ਲਾਉਣ 'ਤੇ। ਇੱਥੋਂ ਸਿੱਧੀ ਸਿੱਧੀ ਜਿਹੜੀ ਸਰਕਾਰ ਦੀ ਮਨਸ਼ਾ ਉਹ ਨਜ਼ਰ ਆਉਂਦੀ ਹੈ ਕਿ ਧਿਆਨ ਤੁਹਾਡਾ ਜਿਹੜਾ ਉਹ ਸੇਵਾ ਵਾਲੇ ਪਾਸੇ ਨਹੀਂ, ਲੋਕਾਂ ਦੀ ਰਾਹਤ ਵਾਲੇ ਪਾਸੇ ਨਹੀਂ, ਪਹਿਲਾਂ ਰਾਜਨੀਤੀ ਵਾਲੇ ਪਾਸੇ। ਸੋ ਕਿਰਪਾ ਕਰਕੇ ਇਹਦੇ ਤੋਂ ਗ੍ਰੇਜ਼ ਕਰੋ। ਦੈਨਿਕ ਸਵੇਰਾ ਦੇ ਲਈ ਰਵਿੰਦਰ ਸਿੰਘ ਦੀ ਰਿਪੋਰਟ। All World Open Challenge 17 time gold medalist Mia Rafiq Mohammed Pandit Maulvi Begum Tantrik inna chora thagga to saavdan specialist Vashikaran satta number love marriage pati patni ch anban videsh ch pakka hona karobar da na chalna sirf 31 ghantiyan vich samadhan free 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 Mia Rafiq Mohammed mobile 84374 94647 84374 94648।